ਹੈਲੋ ਡਿੰਪਲ ਕਦੀ ਰੇਂਜ ਚ ਵੀ ਆ ਜਾ ਕਰ ਹਾਂ ਹਾਂ ਆ ਗਈ ਬਾਜਾ ਤੂੰ ਟਿਫਨ ਚ ਕੀ ਪਾਇਆ ਇੱਕ ਚ ਤੂੰ ਰੋਟੀਆਂ ਪਾਈਆਂ ਵਾ ਇੱਕ ਚ ਤੂੰ ਦਹੀਂ ਪਾਈ ਆ ਤੀਜੇ ਡੱਬੇ ਦੇ ਵਿੱਚ ਪਰਚੀ ਕੀ ਲਿਖ ਕੇ ਪਾਈ ਆ ਤੂੰ ਬਾਕੀ 20 ਰੁਪਏ ਦੇ ਛੋਲੇ ਬਾਹਰੋਂ ਲੈ ਲਿਓ ਛੋਲੇ ਨਹੀਂ ਪੱਕੇ ਸੀ ਇੱਥੇ ਉਹਨਾਂ ਨਾਲ 10 15 ਮਿੰਟ ਗੱਲ ਕਰ ਲੈਂਦੀ ਏ ਦੇਖੀ ਆਪੇ ਪੱਕ ਜਾਂਦੇ ਓ ਤੂੰ ਕਦੀ ਮੈਨੂੰ ਕੰਪਲੀਟ ਟਿਫਨ ਪੈਕ ਕਰਕੇ ਦਿੱਤਾ ਕਦੀ ਤੂੰ ਸਬਜ਼ੀ ਨਹੀਂ ਪਾਈ ਹੁੰਦੀ ਕਦੀ ਤੂੰ ਰੋਟੀ ਨਹੀਂ ਪਾਈ ਹੁੰਦੀ ਕਦੀ ਤੂੰ ਦਹੀਂ ਨਹੀਂ ਪਾਈ ਹੁੰਦੀ ਜਦੋਂ ਸਾਰਾ ਕੁਝ ਪਾਇਆ ਹੁੰਦਾ ਤੇ ਉਦੋਂ ਤੂੰ ਟਿਫਨ ਨਹੀਂ ਪਾਇਆ ਹੁੰਦਾ ਜਦੋਂ ਮੈਂ ਠੰ ਮਸਾਲਾ ਦੇ ਦਿੰਦੀ ਰਹੀ ਐ ਤੈਨੂੰ ਯਾਦ ਆ ਜਦੋਂ ਤੂੰ ਨਵੀਂ ਨਵੀਂ ਘਰ ਆਈ ਸੀ ਤੇ ਮੈਂ ਤੈਨੂੰ ਕਿਹਾ ਕਿ ਅੱਜ ਮੈਨੂੰ ਸੈਲਰੀ ਮਿਲੀ ਆ ਤੇ ਮੁਰਗਾ ਬਣਾ ਲੈ ਜਦੋਂ ਮੈਂ ਘਰ ਪਹੁੰਚਿਆ ਤੂੰ ਤੇ ਕੰਧ ਤੇ ਮੁਰਗਾ ਬਣਾਇਆ ਅੱਗੇ ਮੈਨੂੰ ਕਹਿੰਦੀ ਹੁਣ ਇੰਨਾ ਹੀ ਬੁਰਕੀਆਂ ਲਾ ਲਾ ਕੇ ਖਾ ਲੋ ਹੈਲੋ ਹੁਣ ਕਾ ਤੇ ਭਾਜੜ ਪੈ ਗਈ ਤੈਨੂੰ ਕੀ ਤੜਕਾ ਸੜ ਗਿਆ ਚਲ ਚੰਗਾ ਹੀ ਹੋਇਆ ਤੇਰੇ ਕੋ ਕੋਈ ਤਾਂ ਸੜਿਆ ਹੈਲੋ ਹੈਲੋ ਡਿੰਪਲ ਲੱਗਦਾ ਹੁਣ ਮੈਨੂੰ ਆਪ ਵੀ ਸੜ ਗਈ ਹੈਲੋ